ਬੀਤੀ ਸ਼ਾਮ ਨਟਰੰਗ ਅਬੋਹਰ ਵੱਲੋਂ ਇੱਥੋਂ ਦੇ ਸਨਬੀਮ ਹੋਟਲ ਵਿਖੇ ਤਿੰਨ ਮਹਾਨ ਹਸਤੀਆਂ ਦਾ ਅਵਾਰਡ ਪਹੁੰਚਣ 'ਤੇ ਸਨਮਾਨ ਕੀਤਾ ਗਿਆ, ਜਿਹਦੇ ਵਿੱਚ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ, ਮਸ਼ਹੂਰ ਸਿਨੇਮੈਟੋਗ੍ਰਾਫਰ ਸੰਦੀਪ ਪਾਟਿਲ ਅਤੇ ਮਸ਼ਹੂਰ ਸਕ੍ਰਿਪਟ ਰਾਈਟਰ ਰਵੀ ਵਰਮਾ ਮੌਜੂਦ ਸਨ। ਇਹਨਾਂ ਮਹਾਨ ਹਸਤੀਆਂ ਨੇ ਨਟਰੰਗ ਅਬੋਹਰ ਦੇ ਕਲਾਕਾਰਾਂ ਨਾਲ ਆਪਣੇ ਤਜ਼ੁਰਬੇ ਸਾਂਝੇ ਕੀਤੇ ਅਤੇ ਇੱਥੋਂ ਦੇ ਮੀਡੀਆ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਆਓ ਸੁਣਦੇ ਹਾਂ ਅੰਬਰਦੀਪ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਮੀਡੀਆ ਨਾਲ ਕੀਤੀ ਹੋਈ ਗੱਲਬਾਤ। शराब पीने के बाद कहां गोली चल जाए उसका, और वो सिर्फ नशा होता है, उसका पूरा परिवार कई जन्म चले जाते हैं लोगों को, है ना। सो मैं बहुत खिलाफ हूँ, और जो हथियार मतलब वैसे अगर जोश वाला गाना है जिसमें हथियार की बात नहीं, जिसमें ये बात होती है हाँ मैं कुछ कर दूंगा, मैं कुछ कमाल कर दूंगा, वो वाले गाने मुझे इतने बुरे नहीं लगते, मैं खुद भी सुन लेती हूँ। अब जब कभी वो मूव हो तो आप जोश को मिलता है गाने को, बट डेफिनेटली हथियार और नशा तो बिल्कुल नहीं, पर वो करना एक चीज़, और हाँ असर पड़ता है मुझे ये बात, यूथ उसको फॉलो करता है हम जितना कह रहे हैं। अच्छा यही कि अगर वैसे गाने बन रहे हैं आप गाने नहीं सुन पाते तो आप कुछ अपनी तरफ से कुछ अच्छा कर दो ताकि लोग उसकी बजाय आपको सुने, वो एक चीज़ है जी। बिल्कुल एक गल हैगी है, और मेकर्स का भी मनना है कि कॉमेडी चाहिए, बट डेफिनेटली सिनेमा ग्रो कर रहा है, हौली हौली लोग भी हौली हौली ग्रो कर रहे हैं, बेसिकली जो सोसाइटी ग्रो करूगी तो सिनेमा ग्रो करता है, ਦੋਨੇ ਹੈ ਆਪਸ ਲੈਣਾ ਦੇਣਾ। ਬਟ ਮੈਨੂੰ ਲੱਗਦਾ ਜਿਵੇਂ ਸੋਸਾਇਟੀ ਦੀ ਡਿਮਾਂਡ ਹੈ, ਸੋਸਾਇਟੀ ਵਾਲੇ ਸਿਨੇਮੇ ਨੂੰ ਉਦੋਂ ਤੱਕ ਵੇਖਣਾ ਚਾਹੁੰਦੀ ਜਿੱਦਣ ਸੋਸਾਇਟੀ ਕਹੀ ਕਿ ਹਾਂ ਯਾਰ ਸਾਨੂੰ ਅਸੀਂ ਇਹ ਨਹੀਂ ਵੇਖਣਾ ਚਾਹੁੰਦੇ, ਮੈਂ ਅਕਸਰ ਗੱਲ ਕਰ ਪਾਉਂਦਾ ਚਾਹੇ ਗਾਣੇ ਆ ਚਾਹੇ ਫਿਲਮ, ਕਿ ਆਡੀਅੰਸ ਆਡੀਅੰਸ ਦੇ ਹੱਥ 'ਚ ਹੈ। ਮੈਨੂੰ ਮਾੜਾ ਗਾਣਾ ਹੈ ਗਾਣਾ ਉਹ ਮੇਰਾ ਜੇ ਮੈਂ ਨਹੀਂ ਸੁਣ ਸਕਦਾ ਤਾਂ ਮੈਨੂੰ ਕੁਛ ਸੁਣਾ ਨਹੀਂ ਸਕਦਾ, ਅਤੇ ਮੈਂ ਨਹੀਂ ਸੁਣਦਾ ਤਾਂ ਮੈਂ ਤਾਂ ਫਲੋਪ ਕਰ ਪਾਉਂਦਾ, ਹੈ ਨਾ। ਹੁਣ ਪਰ ਜੇ ਉਹ ਪੂਰੀ ਫਿਰ ਬੰਦ ਹੋਊਗਾ ਤਾਂ ਪਹਿਲਾਂ ਸੋਸਾਇਟੀ ਦੀ ਜ਼ਿੰਮੇਵਾਰੀ ਮੈਨੂੰ ਲੱਗਦਾ, ਜੇ ਸੋਸਾਇਟੀ ਕਹੂਗੀ ਕਿ ਹਾਂ ਫਿਲਮਾਂ ਸਾਨੂੰ ਹੁਣ ਅਸ ਲਿਆ ਕਰ ਗਏ ਕੰਪਨੀ ਤੁਹਾਨੂੰ ਸਾਨੂੰ ਕੁਛ ਹੋਰ ਦਿਓ ਤਾਂ ਕੁਛ ਹੋਰ ਦੇਣਗੇ, ਉਹਨਾਂ ਨੂੰ ਡਿਊਟੀ ਚਾਹੂੰਗੀ। ਸੋ ਔਰ ਮੈਨੂੰ ਲੱਗਦਾ ਕਿ ਇਸ ਟਾਈਮ ਹਰ ਤਰ੍ਹਾਂ ਦਾ ਸਿਨੇਮਾ ਬਣ ਰਿਹਾ, ਹੁਣ ਇੱਕ ਫਿਲਮ ਆਈ ਹੈ ਪਿੱਛੇ ਜੀ ਕੂੜਾ ਤਾਂ ਉਹਦੇ 'ਚ ਵੀ ਮੈਸੇਜ ਹੈ ਪੂਰਾ, ਹੈ ਨਾ। ਪਹਿਲਾਂ ਜਿੰਨੀਆਂ ਫਿਲਮਾਂ ਜਿੰਨੀਆਂ ਜਿੰਨੀਆਂ ਫਿਲਮਾਂ ਨੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ, ਪਰ ਮੇਰੇ ਅਲੱਗ ਥਿਊਰੀ ਹੈ, ਮੈਂ ਐਂਟਰਟੇਨਮੈਂਟ ਦੇ ਨਾਲ ਚੱਲਦਾ, ਅਤੇ ਮੈਨੂੰ ਇਹ ਲੱਗਦਾ ਕਿ ਐਂਡ ਆਫ ਦਾ ਡੇ ਐਂਟਰਟੇਨਮੈਂਟ ਜ਼ਰੂਰੀ ਹੈ, ਐਂਟਰਟੇਨਮੈਂਟ ਰੱਖ ਕੇ ਮੈਂ ਗੱਲ ਕਰੂੰਗਾ ਉਹ ਮੇਰੀ, ਐਂਟਰਟੇਨਮੈਂਟ ਤੋਂ ਬਿਨਾਂ ਗੱਲ ਨਹੀਂ ਹੋ ਸਕਦੀ ਸਰ, ਬਾਅਦ ਚੋਂ ਗੱਲ ਕਰਦਾ। ਐਂਟਰਟੇਨਮੈਂਟ ਤੋਂ ਬਿਨਾਂ ਗੱਲ ਤਾਂ ਤੁਸੀਂ ਕਾਲਜ 'ਚ ਵੀ ਕਰੋਗੇ ਤਾਂ ਸਟੂਡੈਂਟ ਬੋਰ ਹੋ ਜਾਏ, ਐਂਟਰਟੇਨਮੈਂਟ ਹਰ ਜਗ੍ਹਾ ਜ਼ਰੂਰੀ ਹੈ। ਹਾਂਜੀ ਉਹ ਮੇਰੀ ਆਪਣੀ ਇੱਕ ਹੁੰਦਾ ਹਰ ਬੰਦੇ ਨੂੰ ਕਿ ਮੈਨੂੰ ਕੀ ਪਸੰਦ ਆ ਜਾਂ ਮੈਂ ਕੀ ਦੇਖਣਾ ਚਾਹੁੰਦਾ, ਮੈਂ ਉਹ ਬਣਾ ਰਿਹਾ ਜੋ ਮੇਰੀ ਸੋਚ ਹੈ। ਮੈਨੂੰ ਇਹ ਲੱਗਦਾ ਕਿ ਸੋਚ ਗਿਫਟਡ ਹੋ ਸਕਦੀ ਹੈ, ਤਾਂ ਹੈ ਹੀ ਇੱਦਾਂ ਕਿ ਮੈਂ ਜਾਣ ਬੁੱਝ ਕੇ ਕੁਛ ਟਰੈਂਡ ਨਹੀਂ ਚੇਂਜ ਕਰ ਰਿਹਾ ਜਾਂ ਮੈਂ ਜਾਣ ਬੁੱਝ ਕੇ ਕੋਸ਼ਿਸ਼ ਕਰ ਰਿਹਾ ਆਪਣੇ ਆਪ ਹੀ, ਜਿਵੇਂ ਮੈਨੂੰ ਲੱਗਦਾ ਮੈਨੂੰ ਹਰ ਬੰਦੇ ਇੱਕ ਸਿਨੇਮਾ ਹੁੰਦਾ, ਮੈਨੂੰ ਲੱਗਦਾ ਕਿ ਮੇਰਾ ਇਹ ਸਿਨੇਮਾ, ਮੈਂ ਇਹਨੂੰ ਪਿਆਰ ਕਰਦਾ। ਰਹੀ ਗੱਲ ਆਈਡੀਆਜ਼ ਕੀ ਹੁੰਦੇ ਆ, ਬੜਾ ਜ਼ੋਰ ਲੱਗਦਾ ਇਹਨਾਂ, ਹੁਣ ਚਾਰ ਪੰਜ ਦਿਨ ਤੋਂ ਇਕੱਠੇ ਹਾਂ ਅਸੀਂ, ਇਹਨਾਂ ਨੂੰ ਪਤਾ ਕੱਲ੍ਹ ਤਾਂ ਭਾਜੀ ਹੁਣ ਨਾਲ ਸਾਡੇ ਤਾਂ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਆਈਡੀਆਜ਼ ਕਿਵੇਂ ਆਉਂਦੇ, ਕਿੰਨਾ ਔਖਾ ਹੁੰਦਾ ਆਈਡੀਆ ਸਿਲੈਕਟ ਕਰਨਾ। ਉਦੋਂ ਤੁਸੀਂ ਘੱਟੋ ਘੱਟ ਮੇਰੇ ਖਿਆਲ 150-200 ਆਈਡੀਆ ਤੁਸੀਂ ਘੁਮਾਉਂਦੇ ਹੋ, ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਕਿ ਆਈਡੀਆ ਜਿਹਨੂੰ ਆਈਡੀਆ ਵਧੀਆ ਲੱਗਦਾ ਫਿਰ ਫਿਲਮ ਸ਼ੁਰੂ ਕਰਨਾ ਸਾਰਾ ਜ਼ੋਰ ਉਸਦਾ ਜੀ। ਮੇਰੇ ਖਿਆਲ 'ਚ ਅਨਕੋਨਸ਼ੀਅਸ ਜਿਹੜਾ ਮਾਇੰਡ ਉਹਦੇ 'ਚ ਉਹ ਯੋਗਦਾਨ ਬਹੁਤ ਚੰਗੀ ਤਰ੍ਹਾਂ, ਬਿਕੋਜ਼ ਸਾਡੇ ਘਰ ਦੇ ਵਿੱਚ ਸ਼ੁਰੂ ਤੋਂ ਕਿਤਾਬਾਂ ਸੀਗੀਆਂ, ਲਿਟਰੇਚਰ ਪਿਆ ਸੀਗਾ, ਅਤੇ ਮੈਂ ਆਪਣੀ ਏਜ ਦੇ ਵਿੱਚ ਜਦੋਂ ਟਾਈਮ ਹੁੰਦਾ ਕਾਲਜ ਤੱਕ ਮੈਂ ਬਹੁਤ ਪੜ੍ਹਿਆ, ਪਰ ਮੈਨੂੰ ਇਹ ਅੱਛਾ ਪਿਤਾ ਜੀ ਰਾਈਟਰ ਵੀ ਨੇ, ਕਹਾਣੀਆਂ ਵੀ ਲਿਖੀਆਂ ਨੇ, ਪਰ ਮੈਨੂੰ ਕਦੇ ਇਹ ਨਹੀਂ ਪਤਾ ਸੀ ਕਿ ਮੈਂ ਰਾਈਟਰ ਹਾਂ। ਮੈਨੂੰ ਇਹ ਇਨਵੈਂਟ ਹੋਇਆ ਜਦੋਂ ਮੈਨੂੰ ਰੋਟੀ ਲੋੜ ਗਈ ਕਿ ਯਾਰ ਕੁਛ ਕੰਮ ਨਹੀਂ ਚੱਲਦਾ, ਜਦੋਂ ਮੈਂ ਲਿਖ ਕਿਸੇ ਮੈਂ ਲਿਖਤਾ ਤਾਂ ਮੈਨੂੰ ਪੈਸੇ ਆ ਗਏ, ਤਾਂ ਮੈਨੂੰ ਬਟ ਉਹ ਜਦੋਂ ਲਿਖਿਆ ਤਾਂ ਮੈਨੂੰ ਬਹੁਤ ਵਧੀਆ ਲੱਗਿਆ। ਸੋ ਮੈਨੂੰ ਤਾਂ ਲੱਗਦਾ ਕਿ ਜੇ ਮੈਂ ਲਿਖਿਆ ਬੈਕ ਆਫ ਮਾਇੰਡ ਜੋ ਮੈਂ ਪੜ੍ਹਿਆ ਸੀਗਾ ਜਾਂ ਸੁਣਿਆ ਸੀ ਜਾਂ ਸਕੂਲ 'ਚ ਉਹਨੇ ਕੰਮ ਕੀਤਾ, ਜੋ ਆਈਡੀਆ ਵਿਨਰ ਹੋ ਗਿਆ ਸਾਰਿਆਂ ਚੋਂ ਫਿਰ ਮੇ ਬੀ ਸੀਕੁਅਲ ਵੀ ਹੋ ਸਕਦਾ ਹੁਣ ਨੈਕਸਟ।
ਕਿਉਂਕਿ ਸਰਕਾਰਾਂ ਨੂੰ ਬਿਲਕੁਲ ਪ੍ਰੋਸਾਹਿਤ ਕਰਨਾ ਚਾਹੀਦਾ ਕਿਉਂਕਿ ਇੰਡਸਟਰੀ ਇੰਪਰੂਵ ਕਰੀ ਇਤਨਾ ਰੁਜ਼ਗਾਰ ਦੇ ਰਹੀ ਹੈ ਯੂਥ ਨੂੰ ਉਸ ਇੰਡਸਟਰੀ ਕੋ 100% ਸਪੋਰਟ ਕਰਨਾ ਚਾਹੀਏ ਸਰਕਾਰਾਂ ਨੂੰ। ਅਭੀ ਤੱਕ ਹਮਾਰੇ ਯਹਾਂ ਪੇ ਐਸੀ ਪਹਿਲ ਵੀ ਨਹੀਂ ਹੋਈ ਹੈ ਆਡੀਅੰਸ ਐਕਟਰੋ ਕੀ ਤਰਫ ਸੇ ਮਤਲਬ ਪ੍ਰੋਡਿਊਸਰਸ ਕੀ ਤਰਫ ਸੇ ਵੀ ਕੁਛ ਵੈਸਾ ਸੰਗਠਿਤ ਕੁਛ ਡਿਸੀਜਨ ਨਹੀਂ ਹੋਇਆ ਕਿ ਜਾ ਕੇ ਬਾਤ ਕਰੇ ਬਟ ਉਹ ਜ਼ਰੂਰਤ ਬਹੁਤ ਜਗ੍ਹਾ ਹੋ ਜਾਏ ਤਾਂ ਪੰਜਾਬੀ ਸਰਕਾਰ ਔਰ ਤਰੱਕੀ ਕਰੇ ਮਤਲਬ ਜਿਤਨਾ ਟੈਲੈਂਟ ਪੰਜਾਬ ਮੇਂ ਹੈ ਉਤਨਾ ਸ਼ਾਇਦ ਹੀ ਕਹੀਂ ਔਰ ਕਹੀਂ ਇਧਰ ਆਪ ਇੰਡਸਟਰੀ ਮੇਂ ਆਰਟ ਵੀ ਜੋ ਰੂਲ ਕਰਨੇ ਵਾਲੇ ਲੋਕ ਹੈ ਇਧਰ ਕਾਫੀ ਜੋ ਹੈ ਟੈਲੈਂਟ ਤਾਂ ਰਹੀ ਆਜ ਵੀ ਪੰਜਾਬੀ ਬਹੁਤ ਆ ਬਿਲਕੁਲ ਇਸੀ ਲਈ ਮੈਂ ਅੱਜ ਆਇਆ ਹਾਂ ਔਰ ਹਮ ਸਭ ਬੈਠੇ ਔਰ ਉਸ ਬਾਅਦ ਮਿਲਣੇ ਵਾਲੇ ਇਸੀ ਲਈ ਔਰ ਉਸ ਬਾਅਦ ਜਿਸਦੀ ਮੈਂ ਯਹਾਂ ਸ਼ੂਟਿੰਗ ਕੀ ਹੈ ਚਾਹੇ ਉਹ ਲੇਜ ਹੈ ਲੋਹੀ ਹੈ ਜਾਂ ਪੱਜੋ ਵੀ ਹੋ ਤਾਂ ਯਹਾਂ ਕੇ ਆਰਟਿਸਟ ਲੋਕਲ ਆਰਟਿਸਟ ਵੀ ਹੋਣੇ ਹੋਣਗੇ ਹੈ ਨਾ ਤਾਂ ਬੜਾ ਮਨ ਹੈ ਮੇਰਾ ਤੋਂ ਕਿਉਂਕਿ ਹਮੇ ਖੁਦ ਯਹਾਂ ਸੇ ਮੁਝੇ ਪਤਾ ਕਿ ਜਿਤਨਾ ਟੈਲੈਂਟ ਅਬੋਹਰ ਮੇਂ ਹੈ ਵੋ ਕਈ ਹਿੱਸੋਂ ਮੇਂ ਪੰਜਾਬ ਕੇ ਕਈ ਹਿੱਸੋਂ ਸੇ ਜ਼ਿਆਦਾ ਅੱਛਾ ਕਰ ਰਹੇ ਹੈ ਬਹੁਤ ਪਿਓਰ ਲੋਕ ਹੈ ਬਹੁਤ ਨਿਆ ਸੋਚਣ ਵਾਲੇ ਲੋਕ ਹੈ ਅਬੋਹਰ ਵਾਲੇ ਜੋ ਆਰਟਿਸਟ ਹੈ ਸਾਰੇ ਪੂਰੀ ਕੋਸ਼ਿਸ਼ ਕੀ ਹੈ ਐਜ਼ ਅ ਰਾਈਟਰ ਮੈਂ ਹੁਣ ਕਹੂੰਗਾ ਤਾਂ ਮੈਂ ਕਰਾਂ 10-12 ਹੋ ਡਾਇਰੈਕਟਰ 4 ਹੋ ਐਕਟਰ 2 ਬਟ ਜਿਹੜੇ ਛੋਟੇ ਮੋਟੇ ਕਰੈਕਟਰ ਲੱਗ ਕੇ ਚੱਲ ਜਿਹੜੇ ਡਾਇਲੋਗ ਲਿਖੇ ਨੇ ਉਹ ਪਹਿਲਾਂ ਅਲੱਗ ਲਿਖੇ ਸੀ ਬਟ ਜਿਹੜੀ ਮੇਰੀ ਸਟੋਰੀ ਨਹੀਂ ਹੈ ਉਹ ਆਈਆਂ ਨੇ ਦੋਰਾਂ ਦਫਾ ਕਰੋ ਅੰਗਰੇਜ਼ ਲੱਗ ਪੰਜਾਬ ਲੋਰੀ ਹੋਏ ਲੌਂਗ ਲੱਗ ਚੀ 6 ਸਟੋਰੀ ਉਸ ਤੋਂ ਬਿਨਾਂ ਡਾਇਲੋਗਸ ਸਕਰੀਨ 'ਤੇ ਬਾਕੀ ਮਲਾਲਾ ਤੋਂ 12 ਹੋ ਜਾਂਦੇ ਅਲੱਗ ਨਹੀਂ ਹੋ ਗਿਆ ਮੇਰੇ ਕੋਲ ਅਭੀ ਥੱਕ ਗਿਆ ਸਮਾਂ ਵਾਸਤੇ ਉਹ ਇੱਕ ਚੀਜ਼ ਅਸੀਂ ਕਾਮੇਡੀ ਕਰਨਾ ਉਹ ਅਭੀ ਠੀਕ ਹੈ ਬਟ ਉਸ ਮੇਂ ਨਾਮ ਨਹੀਂ ਕਰ ਅਗਰ ਮੈਂ ਉਹ ਕਰਤਾ ਤੋ ਸ਼ਾਇਦ ਹਮ ਯਹਾਂ ਮੈਂ ਬੈਠੇ ਤੋ ਨਾਮ ਜੋ ਹੈ ਮੁਝੇ ਇਸ ਬਾਤ ਕੀ ਵੀ ਪਤਾ ਮੁਝੇ ਥਾ ਅਗਰ ਮੈਂ ਲਿਖਤਾ ਹੂੰ ਤੋ ਪਤਾ ਲੱਗੇ ਔਰ ਟੀਵੀ ਮੈਨੂੰ ਨਹੀਂ ਪਤਾ ਚਲਤਾ ਆਪਕੋ ਇਤਨਾ ਬੜਾ ਸੀਨੀਅਰ ਵਰਸ ਕਿਆ ਸਾਸ ਵੀ ਕਦੀ ਬਹੁਤ ਸੀ ਰਾਈਟਰ ਕਾ ਨਾਮ ਨਹੀਂ ਪਤਾ ਹੋਣਾ ਸ਼ੋਲੇ ਹਮ ਜਿਤਨੇ ਹਿੱਟ ਥਾ ਵੋ ਸ਼ੋਲੇ ਕਾ ਰਾਈਟਰ ਪਤਾ ਹੋਣਾ ਸੋ ਵੋ ਇੱਕ ਔਰ ਆਪ ਜਬ ਕਾਮ ਕਰਦੇ ਇੱਕ ਲੈਵਲ ਤੱਕ ਆਪਕੋ ਪੈਸਾ ਚਾਹੀਏ ਹੋਤਾ ਬਟ ਇੱਕ ਲੈਵਲ ਕੇ ਬਾਅਦ ਆਪਕੋ ਨਾਮ ਚਾਹੀਏ ਬਿਲਕੁਲ ਸੋ ਨਾਮ ਕੇ ਲਈ ਸ਼ਾਇਦ ਇਧਰ ਆਊਂਗਾ ਕਾਫੀ ਮੀਟਰ ਰੁਕ ਜਾਊਂ ਅੰਬਰਦੀਪ ਵੀਰੇ ਔਨ ਆ ਲਾਈਟਰ ਨੋਟ ਅੰਬਰਦੀਪ ਨੂੰ ਅਸੀਂ ਐਜ਼ ਆ ਡਾਇਰੈਕਟਰ ਦੇਖਿਆ ਐਜ਼ ਐਨ ਐਕਟਰ ਦੇਖਿਆ ਐਜ਼ ਆ ਰਾਈਟਰ ਦੇਖਿਆ ਐਜ਼ ਆ ਪ੍ਰੋਡਿਊਸਰ ਵੀ ਤੁਸੀਂ ਅੰਬਰਦੀਪ ਪ੍ਰੋਡਕਸ਼ਨਸ ਬਣਾਈ ਹੈ ਹੁਣ ਅੱਗੇ ਕੀ ਹੈ ਜੀ ਪੰਜਵਾਂ ਸਟੈਪ ਕੀ ਹੈ ਜੀ ਅੱਗੇ ਉਹ ਹੀਰੋਇਨ ਬਣਾ ਰਹੇਗਾ ਆਈ ਡੋਨਟ ਨੋ ਮੇਰਾ ਮਨ ਲੈਕਚਿੰਗ ਪ੍ਰੋਡਕਸ਼ਨ ਜਿਹੜਾ ਪ੍ਰੋਡਕਸ਼ਨ ਜਾਂਦਾ ਬਹੁਤ ਮੈਂ ਉਮੀਦ ਕਰ ਰਿਹਾ ਹਰ ਬੰਦਾ ਇਸੇ ਤਰ੍ਹਾਂ ਪ੍ਰੋਡਕਸ਼ਨ ਹੁੰਦਾ ਕਿ ਜੋ ਮੈਚ ਨਾ ਉਹ ਹੋਰ ਤੇ ਅੱਛੇ ਤਰੀਕੇ ਨਾਲ ਕਰ ਸਕਦਾ ਹਾਲਾਂਕਿ ਜੋ ਅਸੀਂ ਆਲਰੇਡੀ ਕਰ ਰਹੇ ਅਸੀਂ ਤੇਰੇ ਤੋਂ ਬੋਏ ਲੋਕਲ ਸਾਹਿਬ ਨਾਲ ਲੋਕ ਬਟ ਇੱਕ ਹੋਰ ਪ੍ਰੋਡਕਸ਼ਨ ਹਾਊਸ ਮਿਲਾ ਦਾ ਕਿ ਜਲਦੀ ਔਰ ਜਿਹਦਾ ਉਹਦੇ 'ਚ ਇਹ ਜਿਹੜੀ ਸ਼ਿਕਾਇਤ ਹੈ ਆਰਟਿਸਟਾਂ ਵਾਲੀ ਇਹ ਲੋਕਲ ਡਿਪਾਰਟਮੈਂਟ ਲੈਵਲ 'ਤੇ ਹੋਰ ਰੋਜ਼ ਕੰਮ ਛੋਟੇ ਬੰਦੇ ਕੰਮ ਕਰਦਾ ਰਹੋ ਤਾਂ ਆਰਟਿਸਟ ਨੂੰ ਕੰਮ ਦਿੰਦਾ ਉਹਦੀ ਲਿਖੀ ਡਾਇਰੈਕਟ ਕੀਤੀ ਮਸ਼ੀਨ ਉਹ ਤੇ ਜਿਹੜਾ ਤੁਮ ਸਾਹਮਣੇ ਲਿਖੀ ਸੀ ਮੈਂ ਡਾਇਰੈਕਟ ਕੀਤੀ ਅਸ਼ਕ ਅੱਛੀ ਫਿਲਮ ਸੀ ਔਰ ਉਹ ਵੀ ਮਜ਼ਾ ਆਇਆ ਸੀ ਜਦੋਂ ਰਾਈਟਰਾਂ ਦੇ ਕਨਵਰਟ ਜਿਹੜਾ ਇੱਕ ਬਰਡਨ ਹੁੰਦਾ ਕਿ ਯਾਰ ਸੀਨ ਦੇ ਉਹ ਮੇਰੇ ਤੇ ਨਹੀਂ ਸੀਗਾ ਉਹ ਮੈਂ ਸੀਨ ਲੱਗ ਰਿਹਾ ਸੀਗਾ ਪਰ ਹਾਂ ਸੀਨ ਆ ਗਿਆ ਤਾਂ ਡਾਇਲੋਗਸ ਬਣਾਉਣਾ ਮੈਂ ਜਿਹੜੀ ਆਪ ਲਿਖੀ ਆ ਉਹ ਸੌਖੀ ਜ਼ਿਆਦਾ ਉਸਕੇ ਬਾਅਦ ਨਟਰੰਗ ਬਣਾ ਤੋ ਜੋ ਅਕਸਰ ਜੋ ਬਹੁਤ ਕਲੋਜ਼ ਲੋਕ ਥੇ ਉਹਨੇ ਇਹ ਬਣਾਇਆ ਮੈਂ ਅਭੀ ਮੇਰਾ ਜ਼ਿਆਦਾ ਰਾਬਤਾ ਇਸ ਕੇ ਸਾਥ ਹੀ ਸਾਰੇ ਪੇਜ ਹਮ ਅੱਛੇ ਔਰ ਅਗਰ ਅੰਬਰਦੀਪ ਨਹੀਂ ਕਰ ਸਕਤਾ ਹੈ ਤੋ ਮੁਝੇ ਐਸਾ ਲਗਤਾ ਹੈ ਕਿ ਐਸੇ ਪਲੇਟਫਾਰਮਸ ਔਰ ਕਿਤਨੇ ਹੀ ਅੰਬਰਦੀਪ ਨਹੀਂ ਕਰ ਸਕਤਾ ਅਗੇਂਸਟ ਰਾਈਟ ਮੈਂ ਤਾਂ ਬਹੁਤ ਕਮ ਚੈਲੰਜਡ ਲੋਕ ਬੰਦਾ ਹੀ ਬਲੋਗ ਥੀਏਟਰ ਡਾਲ ਕੇ ਸੋਚੀ ਹੋਈ ਹੈ ਔਰ ਬੜੀ ਹੈਰਾਨ ਕਰਨ ਵਾਲੀ ਕਹਾਣੀ ਜਿਹੜੀ ਇਸ ਸਾਸੇ ਪਾਸੇ ਸ਼ਾਇਦ ਨਹੀਂ ਪਤਾ ਪਰ ਮੈਂ ਇਹਨੂੰ ਡਿਸਕਲੋਜ਼ ਨਹੀਂ ਕਰ ਸਕਦਾ ਬਟ ਡੈਫੀਨੇਟਲੀ ਇੱਕ ਬਹੁਤ ਵੱਡੀ ਕਹਾਣੀ ਆਪਣੇ ਇਸ ਇਲਾਕੇ ਦੀ ਮੇਰੀ ਨਜ਼ਰ 'ਚ ਹੈ ਪ੍ਰੋਬਲਮ ਸਿਰਫ ਉਹਦੀ ਇਹ ਬਹੁਤ ਵੱਡੀ ਹੈ ਕੁਛ ਖਰਚਾ ਬਹੁਤ जीवन में कहानी होगी कोई कभी है ना तो सबके जीवन में कहानी
बिल्कुल मेरे को समझ में आया कि लिख सकते हैं, अमर भाई को समझ में आया कि इसमें और अच्छा क्या कर सकते हैं। मैं इसलिए बोल रहा हूँ क्योंकि मेरी अभी बहुत बड़ी हिट फिल्म आई नहीं, तो इसलिए मैं कह सकता हूँ मैं लिख पा रहा हूँ कि बंदा समझ नहीं पा रहा, मैं समझ नहीं पा रहा। ठीक है, पब्लिक कर रही जिंदगी में बहुत सारी, मैं भी सिनेमा कर रहा हूँ, भाई भी कर रहे हैं, भाई दिखा रहे हैं, आप लोग बातें कर रहे हैं, बहुत आसान क्योंकि कहानी हर आदमी के इर्द है, कौन कितना कितना ऑब्जर्व करेगा। कई बार आप आकर दोस्तों से भी कहते हैं कि कल रात वो हुआ, हम कहते नहीं, उसका एक सीन बना लेते हैं और उसी को समझना ही बेसिकली है। शुरू में अपने से थी, फिर एक बार आप मिलते, फिर एक बार भाई साहब मिलते, कोई मिलिट्री ऑफिसर मिलते, कहानियां तो बनती चाहिए। बेसिकली बहुत सारी बात को झूठे हुए कहने को कविता कहते हैं, छोटी सी कविता को स्पार्ट करने को कहानी कम्प्लीट नहीं है। मतलब अगर कोई चीज सुन के या सोच के मुझे एक्साइटमेंट होती है तो मैं डिसीजन लेता हूँ कि हाँ ये फिल्म बनाऊंगा, ये गाना बनाऊंगा। लॉन्ग लाची इतना बड़ा हिट है, हमने ये गाना सुना था 3 साल पहले, तब से ये गाना हमारे दिमाग में, ये गाना बड़ा अच्छा गाना, इस गाने को सुन के इतना अच्छा लगता था कि इसको हमने शूट भी 4 बार किया। एक बार किया नहीं अच्छा लगा, नहीं यार गाना बड़ा है, दूसरी बार किया नहीं यार गाना और बड़ा है, तीसरी बार फाइनली हमने स्टेप बनाए, हमने अपने रूप से डांस करवाया क्योंकि डांसिंग नंबर था और ऐसा गाना बड़े टाइम से नहीं आया था। हमें बस एक्साइटमेंट, मुझे पता नहीं था हो सकता ना, बट जैसे मतलब रात में हम सोच रहे थे इसको, एक आइडिया सुन, मेरे को एक आइडिया दिमाग में आया तो मैंने पूरा हाई फाई किया था अंतर से नहीं, तो आप जोर लगाते नहीं। अब आपकी समझ ही है जो अगर लोग भी जो आपकी तरह हिट कर करें तो आप किस फिट होने के लिए मैंने और कोई नहीं था कोई बड़ा काम इतना कभी है ना, मुझे उस चीज़ से डर नहीं लगता था कि मैं लोग एक्सेप्ट, मैं वो सोचता ही नहीं, मुझे कहानी अच्छी थी, मेरे पक्ष में कहानी एक हस्बैंड वाइफ लोगों को वैसा ही हस्बैंड चाहिए तो वो करेक्टर बहुत फिट होता था मुझे, तो मुझे क्लियर था लाइफ में मैं इसमें हाँ डेफिनेटली। जब मैंने पंगा ले लिया, जब मैं शूट कर रहा था तो मैं बहुत डरा हुआ था इस बात, ऐसा नहीं इसलिए डरा था कि अगर एक्टिंग की दुकान नहीं चली तो राइटिंग और डायरेक्शन भी बंद हो जाएगी, क्योंकि मुझे पता कि मेरे कितने वैल्यूएशन हैं, सब कोई आँख थी उस पर, अगर ये किसका काम बंद हुआ, ये काम नहीं चला तो हम तब इसको पूछेंगे कि अब आओ हमारे पैसे निकाल दो। पंजाब आर्ट न्यूज़ तो पुनीत वार से रिपोर्ट, धन्यवाद।